तारी आवाज नहीं आ रही, खुल के मारो यार, ऐसा नहीं करी ला। सो तुम प्यार कर दो। सो भाई मुशेर गल की सो भाई मैं थोड़े ना एक थोड़ी जी स्टोरी मैं अपनी शेयर करनी है। ते भाई नु वेख वेख के असि बड़े होए हां। मैं कोई फिल्म नहीं थोड़ी छड़ी, ट्रक ड्राइवर जाना मोड़। ते एक बारी मैं भाई लई गाना लिख के पाया सीगा, उदो हले मेरा कोई गाना रिकॉर्ड नहीं सी होया। सो वो मेरे ख्याल थोड़ी आई डी तो भी शेयर हुई सी वीडियो, वो मैं गाना कहता जवानी फर्क किन्ना। हो सच आख दे सियाने हो गए मुल दे जवाक बाबा अजकल दे, कथों पौन गए मैदान विच कौलियां जो डब्बियां दे विच पड़ दे। सच आख दे सियाने हो गए मुल दे जवाक बाबा अजकल दे, कितों पौन गए मैदान विच कौड़ियां जो डब्बियां दे विच पड़ दे। जिहदी मां दा ब्लड रहिंदा घटदा होए किवें शेर दिल होऊगा। अजारी हो गए ने बाबा जी खाने दाने, ओए कितों गुगू दिल होऊगा। अजारी हो गए ने बाबा जी खाने दाने, ओए कितों गुगू दिल होऊगा। मूह लावे ना किया नू महा मुंडे दी पंजीरी च पट टडियां, लस्सी पीदिया जवान अज कल देने खलाका को अधूरिया दवाइया का ही बिल होगा। जारी हो गए ने बाबा जी खाने दाने, वो कितों गुगू दिल होगा। जारी हो गए ने बाबा जी खाने दाने, वो कितों गुगू दिल होगा। सो बहुत बहुत थैंक यू जी, एक बार फिर जोरदार तालियां। सो मैं अपने आप में बहुत भागा मानता जिन्होंने सुन सुन के जवान हो अब उन्होंने घरे में प्रोग्राम ला रहे। थैंक यू जी, फिर मैं बेनती करूंगा गुगू भाई जी बात बोलेंगे, साडे स्टार फिल्म स्टार में प्रिंस साहब में भाई जी सब नु देख जो तुसी आए नहीं। मैं कौल साहब मैं किसी ने ना लै रहा अंग्रेजा, मैं एम ई भाई नु कहूंगा कि दो शब्द इस जोड़ी वास्ते इस भाई वास्ते। सारे भैन भाई सत श्री अकाल जी, उम्मीद करता सारे ठीक ठाक होंगे खुश होंगे। मेरे वालों मैं पहले तो माफी चाहना मैं लेट हो गया जी, बाबा चंडीगढ़ों आउंदे आउंदे बाबा टाइम लग गया, चार साढ़े चार घंटे लग गए। ते मेरे वालों पूरे गिल परिवार नूं ते भैन साड़ी के परिवार नूं भी बहुत बहुत बधाइयां। वाहिगुरू तुहानूं सारे नूं चढ़दी कला च रखे, खुश रखे, आबाद रखे, चाने पास जिउंदा रहे। ये मेरा आड़ी है। ते पहलों असीं इत्थे फिल्म बना के गए हां ਤੁਹਾਡੇ ਅਸੀਂ ਰੀਝ ਰਿਹਾ, ਮੈਂ ਇਸੇ ਸੜਕ ਤੇ ਅਸੀਂ ਸਾਈਕਲ ਚਲਾਉਂਦੇ ਹੁੰਦੇ ਸੀ, ਇਸੇ ਸੜਕ ਤੇ ਭੱਜ ਕੇ ਜਾਂਦੇ ਸੀਗੇ। ਅਸੀਂ ਸੌਂਪਣ ਸੌਂਪਣੇ ਤੁਹਾਡੇ ਇੱਥੇ ਅਸੀਂ ਇਲਾਕੇ 'ਚ ਸ਼ੂਟ ਕੀਤੀ, ਆਪਣੇ ਘਰ ਹੀ ਕੀਤੀ ਹੈ ਗੱਲ ਤੇ ਪਿੰਦਰ ਭਾਜੀ ਉਹਨਾਂ ਦੇ ਘਰ ਸ਼ੂਟ ਹੋਇਆ, ਆਪਣੇ ਪਰਿਵਾਰ ਦੇ ਬੰਦੇ ਆ। ਸੋ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ, ਬਹੁਤ ਬਹੁਤ ਮਿਹਰਬਾਨੀ। ਆਰਨੀਤ ਵੀਰੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਅਸੀਂ ਸਟੇਜ ਤੇ ਖੜੇ ਹਾਂ ਰਾਈਟ ਨਾਓ। ਸੋ ਸਟੇਜ ਸ਼ੇਅਰ ਕਰਨੀ ਬੜੀ ਵੱਡੀ ਚੀਜ਼ ਹੁੰਦੀ ਹੈ ਜੀ, ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਭਾਜੀ ਉਹਨਾਂ ਦਾ। ਬਾਕੀ ਪ੍ਰਿੰਸ ਵੀਰੇ ਹੁਣੀ ਆਏ ਆ ਮਗਰ ਪਾਸੇ ਨਾਲ ਖੜੇ ਆ, ਸਿੱਪੀ ਭਾਈ ਹੁਣੀ ਸਾਡੇ ਸਤਿਕਾਰਯੋਗ ਵੱਡੇ ਭਰਾ ਨੇ, ਸਾਡੇ ਹਮੇਸ਼ਾ ਪਿਆਰ ਕਰਦੇ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ। ਸੋ ਮੇਰੇ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਵੀ ਥਾਂ ਆਪਣੇ ਮੰਨ ਲਓ ਅਜੇ ਟਾਈਮ ਮੇਰੇ ਖਿਆਲ ਲੱਗਣਾ 4 ਵਜੇ ਘੰਟਾ ਕਲਾਉਂਗੇ ਉਹਨਾਂ ਮੰਗਾ ਮੇਰੀ ਫੋਨ ਏਦਾਂ ਹੁੰਦਾ ਹੁੰਦਾ ਥੱਲੇ ਬੰਦਾ ਕਹਿੰਦਾ ਵੀ ਨਹੀਂ 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 ਇਹ ਪਹਿਲਾਂ ਏਦਾਂ ਹੁੰਦਾ ਨਾ ਵੀ ਟਾਈਟ ਟਾਈਟ। ਅੱਜ ਵਿਆਹ ਵਾਹਿਗੁਰੂ ਇਸ ਜੋੜੀ ਨੂੰ ਹਮੇਸ਼ਾ ਖੁਸ਼ ਰੱਖੇ, ਤੰਦਰੁਸਤ ਦੋਨੇ ਸਦਾ ਸੁਹਾਗਣ ਹੈ। ਐਮੀ ਬਾਈ ਐਮੀ ਬਾਈ ਸਿੱਪੀ ਗਿੱਲ ਸਿੱਪੀ ਬਾਈ ਪਲੀਜ਼ ਸਿੱਪੀ ਮੈਂ ਬੇਨਤੀ ਸਿੱਪੀ ਬਾਈ ਪਲੀਜ਼ ਆਓ ਸਿੱਪੀ ਆਇਓ ਸਿੱਪੀ ਕਮ ਕਮ ਮੈਂ ਕਹੂੰਗਾ ਕਿ ਬਾਈ ਇੱਥੇ ਆਓ। ਸੋ ਪ੍ਰਭੂ ਇਹ ਕੋਈ ਆਪਾਂ ਦਵਾਵਾਂ ਦੇਣੀਆਂ ਇੱਕ ਸਟਾਰ ਸਾਡੇ ਸਾਹਮਣੇ ਆ ਵਾਹਿਗੁਰੂ ਦੀ ਕਿਰਪਾ ਇਹਨਾਂ ਤੇ ਆਰ ਨੇ ਬੋਲਣਗੇ ਲਓ ਦੋ ਮਿੰਟ। ਸੋ ਇੱਕ ਵਾਰੀ ਗੁੱਗੂ ਬਾਈ ਨੇ ਜ਼ੋਰਦਾਰ ਤਾੜੀਆਂ ਮਾਰੀਆਂ ਜ਼ੋਰਦਾਰ। ਜਿੰਨਾ ਵੱਡਾ ਨਾਮ ਹੈ ਉਨੀਆਂ ਤਾੜੀਆਂ ਦੀ ਆਵਾਜ਼ ਨਹੀਂ ਆ ਰਹੀ, ਖੁੱਲ ਕੇ ਮਾਰੋ ਯਾਰ, ਐਦਾਂ ਨਹੀਂ ਕਰੀ ਲਾ। ਸੋ ਤੁਸੀਂ ਪਿਆਰ ਕਰਦੇ ਹੋ। ਸੋ ਭਾਈ ਮੁਸ਼ੇਰ ਗਿੱਲ ਦੀ ਸੋ ਉਹ ਵੀ ਸਟੇਜ ਤੇ ਆ ਜਾਣ। ਸੋ ਭਾਈ ਮੈਂ ਤੁਹਾਡੇ ਨਾਲ ਇੱਕ ਥੋੜੀ ਜਿਹੀ ਸਟੋਰੀ ਮੈਂ ਆਪਣੀ ਸ਼ੇਅਰ ਕਰਨੀ ਆ। ਤੇ ਭਾਈ ਨੂੰ ਵੇਖ ਵੇਖ ਕੇ ਅਸੀਂ ਵੱਡੇ ਹੋਏ ਆ। ਮੈਂ ਕੋਈ ਫਿਲਮ ਨਹੀਂ ਤੁਹਾਡੀ ਛੱਡੀ, ਟਰੱਕ ਡਰਾਈਵਰ ਜਾਣਾ ਮੋੜ। ਤੇ ਇੱਕ ਵਾਰੀ ਮੈਂ ਭਾਈ ਲਈ ਗਾਣਾ ਲਿਖ ਕੇ ਪਾਇਆ ਸੀਗਾ, ਉਦੋਂ ਹਲੇ ਮੇਰਾ ਕੋਈ ਗਾਣਾ ਰਿਕਾਰਡ ਨਹੀਂ ਸੀ ਹੋਇਆ। ਸੋ
ਉਹ ਮੇਰੇ ਖਿਆਲ ਤੁਹਾਡੀ ਆਈ ਡੀ ਤੋਂ ਵੀ ਸ਼ੇਅਰ ਹੋਈ ਸੀ ਉਹ ਵੀਡੀਓ ਉਹ ਮੈਂ ਗਾਉਣਾ ਕਹਿੰਦਾ ਭਾਈ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਹੈਸਾ ਲਓ ਆਓ ਵੀਰੇ ਹੁਣ ਵੀਡੀਓ ਬਣਾ ਲਿਓ ਤੇ ਪਤਾ ਲੱਗ ਜਾਵੇ ਵੀ ਅੱਜ ਦੀ ਜਵਾਨੀ ਤੇ ਪੁਰਾਣੀ ਜਵਾਨੀ 'ਚ ਫਰਕ ਕਿੰਨਾ ਹੈ ਹੋ ਸੱਚ ਆਖਦੇ ਸਿਆਣੇ ਹੋ ਗਏ ਮੁੱਲ ਦੇ ਜਵਾਕ ਬਾਬਾ ਅੱਜ ਕੱਲ ਦੇ ਹਾਏ ਕਿੱਥੋਂ ਪਾਉਣਗੇ ਮੈਦਾਨ ਵਿੱਚ ਕੌਡੀਆਂ ਜੋ ਡੱਬਿਆਂ ਦੇ ਵਿੱਚ ਪੜਦੇ ਹਾਏ ਸੱਚ ਆਖਦੇ ਸਿਆਣੇ ਹੋ ਗਏ ਮੁੱਲ ਦੇ ਜਵਾਕ ਬਾਬਾ ਅੱਜ ਕੱਲ ਦੇ ਉਹ ਕਿੱਥੋਂ ਪਾਉਣਗੇ ਮੈਦਾਨ ਵਿੱਚ ਕੌਡੀਆਂ ਜੋ ਡੱਬਿਆਂ ਦੇ ਵਿੱਚ ਪੜਦੇ ਉਹ ਜਿਹਦੀ ਮਾਂ ਦਾ ਬਲੱਡ ਰਹਿੰਦਾ ਘੱਟਦਾ ਹੋਏ ਕਿਵੇਂ ਸ਼ੇਰ ਦੇ ਲਹੂਗਾ ਅਜਿਹੀ ਹੋ ਗਏ ਨੇ ਬਾਬਾ ਜੀ ਖਾਣੇ ਦਾਣੇ ਵਾਹ ਕਿੱਥੋਂ ਗੁੱਗੂ ਦਿਲ ਹੋਊਗਾ ਅਜਿਹੀ ਹੋ ਗਏ ਨੇ ਬਾਬਾ ਜੀ ਖਾਣੇ ਦਾਣੇ ਵਾਹ ਕਿੱਥੋਂ ਗੁੱਗੂ ਦਿਲ ਹੋਊਗਾ ਮੂੰਹ ਲਾਵੇ ਨਾ ਕਿਹਾ ਨੂੰ ਮਹਾ ਮੁੰਡੇ ਦੀ ਪੰਜੀਰੀ ਚ ਪਲਟ ਦੀਆਂ ਲੱਸੀ ਪੀਂਦੇ ਆ ਜਵਾਨ ਅੱਜ ਕੱਲ ਦੇ ਉਹ ਸਾਈਡ ਉੱਤੇ ਕਰ ਛੱਦੀਆਂ ਪੈ ਗਈਆਂ ਨੇ ਖਲਾਕਾਂ ਕੋਲੋਂ ਅਧੂਰੀਆਂ ਦਵਾਈਆਂ ਦਾ ਹੀ ਬਿੱਲ ਹੋਊਗਾ ਜਾਰੀ ਹੋ ਗਏ ਨੇ ਬਾਬਾ ਜੀ ਖਾਣੇ ਦਾਣੇ ਓਏ ਕਿੱਥੋਂ ਗੁੱਗੂ ਦਿਲ ਹੋਊਗਾ ਉਹ ਜਾਰੀ ਹੋ ਗਏ ਨੇ ਬਾਬਾ ਜੀ ਖਾਣੇ ਦਾਣੇ ਓਏ ਕਿੱਥੋਂ ਗੁੱਗੂ ਦਿਲ ਹੋਊਗਾ ਸੋ ਬਹੁਤ ਬਹੁਤ ਥੈਂਕ ਯੂ ਜੀ ਇੱਕ ਵਾਰੀ ਫਿਰ ਜ਼ੋਰਦਾਰ ਤਾੜੀਆਂ ਸੋ ਮੈਂ ਆਪਣੇ ਆਪ ਨੂੰ ਬਹੁਤ ਭਾਗਾਣਾ ਮੰਨਦਾ ਕਿ ਜਿਹਨਾਂ ਨੂੰ ਸੁਣ ਸੁਣ ਕੇ ਜਵਾਨ ਹੋਏ ਵੀ ਅੱਜ ਉਹਨਾਂ ਦੇ ਘਰੇ ਮੈਂ ਪ੍ਰੋਗਰਾਮ ਲਾਉਣਾ ਰਹੇ ਸੋ ਥੈਂਕ ਯੂ ਜੀ ਫਿਰ ਮੈਂ ਬੇਨਤੀ ਕਰੂੰਗਾ ਗੁੱਗੂ ਬਾਈ ਜੀ ਬਾਅਦ ਬੋਲਣਗੇ ਸਾਡੇ ਸਟਾਰ ਫਿਲਮ ਸਟਾਰ ਵੀ ਪ੍ਰਿੰਸ ਸਾਹਿਬ ਜੀ ਬਾਈ ਜੀ ਸਭ ਨੂੰ ਦੇਖਦੇ ਹੋ ਤੁਸੀਂ ਆਏ ਨਹੀਂ ਮੈਂ ਔਰ ਸਾਹਿਬ ਮੈਂ ਕਿਸੇ ਦੇ ਨਾਂ ਲੈ ਰਿਹਾ ਹਾਂ ਮੈਂ ਐਮੀ ਬਾਈ ਨੂੰ ਕਹੂੰਗਾ ਕਿ ਦੋ ਸ਼ਬਦ ਇਸ ਜੋੜੀ ਵਾਸਤੇ ਇਸ ਬਾਈ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ ਖੁਸ਼ ਹੋਣਗੇ ਤੇ ਮੇਰੇ ਵੱਲੋਂ ਮੈਂ ਪਹਿਲਾਂ ਤਾਂ ਮਾਫੀ ਚਾਹੁੰਦਾ ਮੈਂ ਲੇਟ ਹੋ ਗਿਆ ਜੀ ਬਾਬਾ ਚੰਡੀਗੜ੍ਹੋਂ ਆਉਂਦੇ ਆਉਂਦੇ ਬਾਬਾ ਟਾਈਮ ਲੱਗ ਗਿਆ 4-4.5 ਘੰਟੇ ਲੱਗ ਗਏ ਤੇ ਮੇਰੇ ਵੱਲੋਂ ਪੂਰੇ ਗਿੱਲ ਪਰਿਵਾਰ ਨੂੰ ਤੇ ਭੈਣ ਸਾਡੀ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਆਬਾਦ ਰੱਖੇ ਚਾਹੁੰਦੇ ਪਾ ਜਿਉਂਦਾ ਰਹੇ ਇਹ ਮੇਰਾ ਆੜੀ ਹੈ ਤੇ ਪਹਿਲਾਂ ਅਸੀਂ ਇੱਥੇ ਫਿਲਮ ਬਣਾ ਕੇ ਗਏ ਹਾਂ ਤੁਹਾਡੇ ਇਸ ਏਰੀਏ 'ਚ ਰਿਹਾ ਮੈਂ ਇਸੇ ਸੜਕ 'ਤੇ ਅਸੀਂ ਸਾਈਕਲ ਚਲਾਉਂਦੇ ਹੁੰਦੇ ਸੀ ਇਸੇ ਸੜਕ 'ਤੇ ਭੱਜ ਕੇ ਜਾਂਦੇ ਸੀਗੇ ਅਸੀਂ ਸੌਂਪਣ ਸੌਂਪਣੇ ਤੁਹਾਡੇ ਇੱਥੇ ਅਸੀਂ ਇਲਾਕੇ 'ਚ ਸ਼ੂਟ ਕੀਤੀ ਹੈ ਆਪਣੇ ਘਰ ਹੀ ਕੀਤੀ ਹੈ ਗੱਲ ਤੇ ਪਿੰਦਰ ਭਾਜੀ ਉਹਨਾਂ ਦੇ ਘਰ ਸ਼ੂਟ ਹੋਇਆ ਆਪਣੇ ਪਰਿਵਾਰ ਦੇ ਬੰਦੇ ਆ ਸੋ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਬਹੁਤ ਬਹੁਤ ਮਿਹਰਬਾਨੀ ਆਰਨੀਤ ਵੀਰੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਅਸੀਂ ਸਟੇਜ ਤੇ ਖੜੇ ਹਾਂ ਰਾਈਟ ਨਾਓ ਸੋ ਸਟੇਜ ਸ਼ੇਅਰ ਕਰਨੀ ਬੜੀ ਵੱਡੀ ਚੀਜ਼ ਹੁੰਦੀ ਹੈ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਭਾਜੀ ਉਹਨਾਂ ਦਾ ਬਾਕੀ ਪ੍ਰਿੰਸ ਵੀਰੇ ਹੋਣੀ ਆਏ ਆ ਮਗਰ ਪਾਸੇ ਨਾਲ ਖੜੇ ਆ ਸਿੱਪੀ ਭਾਜੀ ਹੋਣੀ ਸਾਡੇ ਸਤਿਕਾਰਯੋਗ ਵੱਡੇ ਭਰਾ ਨੇ ਸਾਡੇ ਹਮੇਸ਼ਾ ਪਿਆਰ ਕਰਦੇ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸੋ ਮੇਰੇ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਵੀ ਥਾਂ ਆਪਣੇ ਮੰਨ ਲਓ ਅਜੇ ਟਾਈਮ ਮੇਰੇ ਖਿਆਲ ਲੱਗਣਾ 4 ਵਜੇ ਘੰਟਾ ਕਲਾਉਂਗੇ ਉਹਨਾਂ ਮੰਗਾ ਮੇਰੀ ਫੋਨ ਏਦਾਂ ਹੁੰਦਾ ਹੁੰਦਾ ਤੱਲੇ ਬੰਦਾ ਕਹਿੰਦਾ ਵੀ ਨਹੀਂ 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 ਇਹ ਪਹਿਲਾਂ ਏਦਾਂ ਹੁੰਦਾ ਨਾ ਵੀ ਟਾਈਟ ਹਾਂ ਵੀ 1:30 ਵਜੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ 3 ਵਜੇ ਦੀ ਮੁਛਾ ਚੜਾਈ ਜਾਣਗੇ ਸਾਹਮਣੇ ਬੈਠੇ 3 ਵਜੇ ਆ ਕੇ ਮੁੰਡੇ ਦਾ ਹੱਥ ਮਾਰਨਾ ਲੈ ਵੀ ਪੁੱਤਰ ਗਾਣਾ ਸ਼ੁਰੂ ਕਰ ਹੁਣ 1:30 ਘੰਟਾ ਪਹਿਲੇ ਜੇ ਅਸੀਂ ਵੀ ਧਾਰਮਿਕ ਥੋੜਾ ਗਾਉਂਦੇ ਹਾਂ 1:30 ਘੰਟੇ ਤੋਂ ਵੀ ਗੀਤ ਗਾਏ ਹੁੰਦੇ ਉਹ ਮੁੜ ਕੇ ਫਿਰ ਸ਼ੁਰੂ ਤੋਂ ਪ੍ਰੋਗਰਾਮ ਜਾ ਦੇ ਚਲੋ ਕੋਈ ਨੀ ਤੇ ਬਾਕੀ ਬਹੁਤ ਸਤਿਕਾਰ ਬਹੁਤ ਬਹੁਤ ਪਿਆਰ ਸਤਿਕਾਰ ਬਹੁਤ ਬਹੁਤ ਪਿਆਰ ਸਤਿਕਾਰ ਮੱਥਾ ਟੇਕਣਾ ਜੀ ਵਧਾਈਆਂ ਬਹੁਤ ਬਹੁਤ ਤੁਹਾਨੂੰ ਤੇ ਲਓ ਜੀ ਬਾਕੀ ਅੱਗੇ ਮੇਰੀਆਂ ਫਿਲਮਾਂ ਚੱਲਦੀਆਂ ਚਲੋ ਮੈਂ ਮੇਰੇ ਦੂਜਾ ਰੱਖਿਓ ਸਾਰੰਗ ਮੈਂ ਇੱਕ ਲਾਈਨ ਸੁਣਾ ਦਿੰਦਾ ਹੱਥ ਦਿਲ ਸ਼ੀਸ਼ੇ ਜਿਹੇ ਸਾਫ ਨੇ ਮਾਰੇ ਸ਼ਕਲਾਂ ਦੇ ਪੱਕਿਆਂ ਸਾਤੋਂ ਸ਼ੁਰੂ ਹੋਣ ਵਾਲੀਆਂ ਸੀ ਹੁਕਮ ਦੇ ਅੱਖਿਆਂ ਉਹ ਸਾਨੂੰ ਉਹਨਾਂ ਚ ਨਾ ਜਾਣੀ ਬੱਲੀਏ ਉਹਨਾਂ ਚ ਨਾ ਜਾਣੀ ਬੱਲੀਏ ਹੁੱਟ ਕੇ ਜੋ ਲੈਂਦੇ ਚਟਨੀ ਜ਼ਿੰਦਾਬਾਦ ਰਹਿਣ ਦਿਲੋ ਯਾਰੀਆਂ ਜਿੰਦਾਬਾਦ ਰਹਿਣ ਮਿਲੋ ਯਾਰੀਆਂ ਜਨਾਂ ਕਰਕੇ ਜਿਉਂਦਾ ਯਤਨੀ ਜਿੰਦਾਬਾਦ ਰਹਿਣ ਮਿਲੋ ਯਾਰੀਆਂ ਜਨਾਂ ਕਰਕੇ ਜਿਉਂਦਾ ਯਤਨੀ ਇਹ ਕਰੀਏ ਸਾਧਨਾ ਤੇ ਜ਼ੋਰਦਾਰ ਤੁਹਾਡੀ ਸਾਡੇ ਵੱਡੇ ਭਾਈ ਬਹੁਤ ਬਹੁਤ ਪਿਆਰ ਸਤਿਕਾਰ ਲਓ ਭਾਈ ਥੈਂਕ ਯੂ ਐਮੀ ਮੈਂ ਸਭ ਇੱਥੇ ਉਹ ਥੰਮ ਵੀ ਖੜੇ ਨੇ ਜਿਨ੍ਹਾਂ ਨੂੰ ਉਹ ਬੂਟਾ ਲਾਇਆ ਗੁੱਗੂ ਗਿੱਲ ਦਾ ਬੂਟਾ ਲੱਗਿਆ ਸਾਡੇ ਵੱਡੇ ਸਤਿਕਾਰਯੋਗ ਬਾਈ ਜੀ ਦਵਿੰਦਰ ਗਿੱਲ ਵੱਡੇ ਬਾਈ ਤਾੜੀਆਂ ਬਲੀਜ਼ ਮੇਰੇ ਬਾਈ ਵਾਸਤੇ ਉਹ ਸ਼ਖਸ ਖੜਾ ਜਿਹੜਾ ਜੀ ਨੇ ਇਹ ਬੂਟਾ ਲਾਇਆ ਅੱਜ ਉਹ ਬੂਟਾ ਬੋਰਡ ਹੈ ਵਾਹਿਗੁਰੂ ਅੱਗੇ ਅਰਦਾਸ ਹੈ
बोर्ड ही रहे दो दो मिनट सारे जिम्मे सिपी प्लीज सिपी आशीर्वाद भी देना जोड़ी थैंक यू सब तो पहला सारे बहुत मुबारक और साढ़े सत्यार सत्कार योग गुगू गलबाई वास्ते जोरदार ताड़ियां मार दो असी बच्चे हाँ तो धन भाग असी इस फंक्शन से थोड़े सानू दर्शन करन होए ने सो यही अरदास है जो जोड़ी अज बनी है दिन दुगनी रात चौगनी तरक्या करे साडा वीर प्रिंस कमलजीत एम ए विरक मेरा भरा आरनेत सारे भरावान बहुत बहुत मुबारक रब चढ़ती कला च रखे तो मैं लगता भी स्टेज नेत दी है तो वह इस तो बाद कंटिन्यू करूंगा पर मेरिया जड़िया मुबारक ने जरूर प्रवान करो थैंक यू सो मच बहुत मेहरबानी सिपी थैंक यू सारे आए ने प्रिंस दो शब्द ए प्रिंस साहब मोस्ट आ वंडन वाला एक लाइन ला दो एक लाइन ला महिला ला पुत जड्डा दे बुलाउंदे बकरे कोई आन के माई दा लाल चकरे चंडीगढ़ गाने तो लेके अज तक कोई हुआ और रखनी बहुत औखी होंदी है कलाकार वास्ते सो प्रिंस ने बई हुणे एक खुशखबरी यह दिती है कहिंदा वी मैं संदर साहब नूं कहा कि पुत जट्टां दे डू करनी है सो उहदे विच सानू कठिया नू काम करन दा मौका मिलिया सी और प्रिंस ने स्टोरी भी लिखी सी सा पुत जट्टां दे बुलाउंदे बकरे कोई आण के माई दा लाल चकरे चलो मैं मेरे दूजा रखे सारंग मैं एक लाइन सुना देना दिल शीशे जो हिसाब ने मारे शकला दे पक्या सब तो शुरू होन बारिया सी हुक्म दे अक्या ओ सानू ना चन्ना जानी बलिए ना चन्ना जानी बलिए हुक के जो लेंदे चटनी जिंदाबाद रहन दिलो यारिया जिंदाबाद रहन मिलो यारियां करके जिंदाबाद रहन मिलो यारियां करके जिंदा जतनी एक करके साधना से जोरदार ताड़ी साडे वड्डे भाई बहुत बहुत प्यार सत्कार लो भाई थैंक यू एमी मैं सब इथे ओ थम भी खड़े ने जिन्हां ने ओ बूटा लाया गुगू गिल दा बूटा लगया ਸਾਡੇ ਵੱਡੇ ਸਤਿਕਾਰਯੋਗ ਬਾਈ ਜੀ ਦਵਿੰਦਰ ਗਿੱਲ ਵੱਡੇ ਬਾਈ ਤਾੜੀਆਂ ਬਲੀਰ ਮੇਰੇ ਬਾਈ ਵਾਸਤੇ ਉਹ ਸ਼ਖਸ ਖੜਾ ਜਿਹੜਾ ਜਿਹਨੇ ਇਹ ਬੂਟਾ ਲਾਇਆ ਅੱਜ ਉਹ ਬੂਟਾ ਬੋਰਡ ਹੈ ਵਾਹਿਗੁਰੂ ਅੱਗੇ ਅਰਦਾਸ ਹੈ
बोर्ड ही रहे दो दो मिनट सारे जिम्मे सिपी प्लीज सिपी आशीर्वाद भी देना जोड़ी नो थैंक यू सब तो पहला सारे बहुत मुबारक और साढ़े सत्यार सत्कार योग गोगू गलबाई वास्ते जोरदार ताड़ियां मार दियो असी बचे हाँ तो धनभाग असी इस फंक्शन से थोड़े सानू दर्शन करन होए ने सो यही अरदास है जो जोड़ी अज बनी है दिन दुगनी रात चौगनी तरक्या करे साडा वीर प्रिंस कमलजीत एम ए विरक मेरा भरा आर नेत सारे भरावान बहुत बहुत मुबारक रब चढ़ती कला च रखे तो मैं लगता भी स्टेज नेत दी है तो वह इस तो बाद कंटिन्यू करूंगा पर मेरिया जी मुबारक ने जरूर प्रवान करो थैंक यू सो मच बहुत मेहरबानी सिपी थैंक यू सारे आए ने प्रिंस दो शब्द ए प्रिंस आओ मोस्ट वांटेड वाला एक लाइन ला दो एक लाइन ला भाई ला ला पुत जड्डा दे बुलाउंदे बकरे कोई आन के माई दा लाल चकरे ਜਿਹੜੀ ਸਾਡੀ ਫਿਲਮ ਸੀ ਜੱਟ ਬੋਇਸ ਪੁੱਤ ਜੱਟਾਂ ਦੇ ਤੇ ਹੁਣੇ ਮੈਨੂੰ ਪ੍ਰਿੰਸ ਕਹਿੰਦਾ ਕਿ ਅਸੀਂ ਨੰਬਰ 2 ਵੀ ਬਣਾਉਣੀ ਆ ਅੱਗੇ ਆ ਜਾਓ ਭਰਾ ਇੱਕ ਵਾਰੀ ਐਮ ਏ ਲਈ ਤਾੜੀ ਮਾਰੋ ਕਿਉਂਕਿ ਸ਼ੁਰੂ ਤੋਂ ਨੇਚਰ ਪਹਿਲੀ ਟੇਪ ਤੋਂ ਚੰਡੀਗੜ੍ਹ ਗਾਣੇ ਤੋਂ ਲੈ ਕੇ ਅੱਜ ਤੱਕ ਕੋਈ ਹੋਆ ਉਹ ਰੱਖਣੀ ਬਹੁਤ ਔਖੀ ਹੁੰਦੀ ਹੈ ਕਲਾਕਾਰ ਵਾਸਤੇ ਸੋ ਪ੍ਰਿੰਸ ਨੇ ਬਾਈ ਹੁਣੇ ਇੱਕ ਖੁਸ਼ਖਬਰੀ ਇਹ ਦਿੱਤੀ ਹੈ ਕਹਿੰਦਾ ਵੀ ਮੈਂ ਸੰਦਰ ਸਾਹਿਬ ਨੂੰ ਕਿਹਾ ਕਿ ਪੁੱਤ ਜੱਟਾਂ ਦੇ 2 ਕਰਨੀ ਹੈ ਸੋ ਉਹਦੇ ਵਿੱਚ ਸਾਨੂੰ ਇਕੱਠਿਆਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੀ ਔਰ ਪ੍ਰਿੰਸ ਨੇ ਉਹ ਸਟੋਰੀ ਵੀ ਲਿਖੀ ਸੀ ਸਾ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਕੋਈ ਆਣ ਕੇ ਮਾਈ ਦਾ ਲਾਲ ਚੱਕਰੇ सारे जने पहला एक कूक मार दियो शगना वाला देना जिंदा नजारा ठीक है पम्मा बोल दंगरे थैंक यू पम्मे थैंक यू भाई जी को होर साडे बॉम्बे दे स्टार है इसने पंजाब दे मूल आपे पहचान लोगे असी शरीका कीती है तिना ने सीरियल ते मैं वे रोल कीता है इन बढ़िया बड़ा आलो सर प्लीज आशीर्वाद आज सस्ते काल जी पहला सारेयां नु ये मेरे बड़े भरा ने मैं एक महीना तो इंतजार कर रहा जी आवा तो कदों मैं फंक्शन अटेंड करा कि अज मैं मौका मिले सारे दोस्त मैं इतने आता सारे सारे वालों बहुत बहुत बधाई मैं जी बहुत बहुत बधाई थैंक यू मेहरबानी इतने रवि जी भी डायरेक्टर साहब बैठे है पर मैं लगता है जो उत्थे बैठे ने जो आने सर थोड़ी हाजरी इतने प्लीज जो आ सकते हो तो आ जाओ दो मिनट वास्ते मैं पौल साहब कुछ शब्द बोल दो मिनट प्लीज थोड़ी भी बहुत वो पदवी है मेहरबानी